ਇਹਨੂੰ ਤਾਂ ਮੈਂ ਦੱਸਦੀ ਆ ਕੰਜਰ ਬੁੜੇ ਨੂੰ, ਇਹਨੇ ਬਤਾਉ ਤੋੜ ਤੇ ਤੋੜਿਆ ਕਿੱਦਾਂ? ਚਾਚੀ ਕੀ ਹੋ ਗਿਆ? ਕੰਜਰ ਬੁੜਾ ਘਰੋਂ ਬਤਾਉ ਤੋੜ ਕੇ ਲੈ ਗਿਆ, ਲੱਤਾਂ ਨਾ ਭਾਂਤੀਆਂ ਤੇ ਮੇਰਾ ਨਾਂ ਵੀ ਕਸ਼ਮੀਰੋ ਨੇ। ਉਹ ਗੱਲ ਸੁਣ ਯਾਰ, ਮੈਂ ਤੁਹਾਡੇ ਘਰੇ ਵੇਖਿਆ ਬਤਾਉਆਂ ਦੇ ਬੂਟੇ ਲੱਗੇ ਆ, ਉਹ ਇੱਕ ਡੰਗ ਖਾਣ ਜੋਗੇ ਮੈਨੂੰ ਵੀ ਦੇ ਦੇ ਤੋੜ ਕੇ। ਉਹ ਲੈ ਤਾਇਆ ਬਤਾਉਆਂ ਦੀ ਕਿਹੜੀ ਗੱਲ ਆ, ਆ ਤੂੰ ਮੇਰੇ ਨਾਲ ਜਿੰਨੇ ਮਰਜ਼ੀ ਲੈ ਲਾ। ਚੱਲ ਚੱਲ ਆਜਾ ਆਜਾ, ਇੰਨੇ ਦਿਨ ਹੋ ਗਏ ਬਤਾਉ ਖਾਣ ਨੂੰ, ਬੜਾ ਦਿਲ ਕਰਦਾ। ਉਹ ਲੈ ਤਾਇਆ ਤੇਰੇ ਨਾਲ ਬਤਾਉ ਚੰਗੇ ਆ, ਲੈ ਫੜ। ਚੱਲ ਇੰਨੇ ਹੀ ਬਹੁਤ ਰਹਿ ਗਿਆ, ਆ ਵੀ ਫੜ। ਅੱਛਾ ਸਾਰੇ ਮੈਨੂੰ ਦੇ ਕੇ ਤੋੜ ਕੇ? ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਵਾਧੂ ਆ ਬਤਾਉ। ਅੱਛਾ ਆ ਲੈ ਫੜ, ਆ ਵੀ ਫੜ। ਆ ਦੇਖ ਲੈ ਜੇ ਤੂੰ ਬਣਾਉਣੀ ਤਾਂ ਲੈ ਲੈ ਥੋੜੇ ਜਿਹਾ। ਉਹ ਨਾ ਨਾ ਕੋਈ ਗੱਲ ਨਹੀਂ ਤਾਇਆ। ਅੱਛਾ ਚੱਲ ਠੀਕ ਆ, ਚੰਗਾ ਫਿਰ। ਠੀਕ ਆ ਠੀਕ ਆ, ਇਹ ਤਾਂ ਗੱਲ ਹੀ ਬਣ ਕੇ ਤੇਰੀ ਚਾਈ ਨੇ ਬੜਾ ਖੁਸ਼ ਹੋ। ਹਰਾਮ ਦਾ ਖਚਰਾ ਕਿਸੇ ਥਾਂ ਦਾ। ਚਾਚੀ ਕੀ ਹੋ ਗਿਆ? ਕੰਜਰ ਟੱਲੀ ਰਾਮ ਸਾਡੇ ਘਰੋਂ ਬਤਾਉ ਤੋੜ ਕੇ ਲੈ ਗਿਆ। ਬਸ਼ਰਮੀ ਦੀ ਵੀ ਹੱਦ ਹੁੰਦੀ ਆ ਭੈਣ ਜੀ, ਇੰਨਾ ਬਸ਼ਰਮ ਬੁੜਾ ਸਾਰੇ ਦੇ ਸਾਰੇ ਬੂਟਿਆਂ ਨਾਲ ਬਤਾਉ ਤੋੜ ਕੇ ਲੈ ਗਿਆ। ਉਹ ਚਾਚੀ ਕੀ ਹੋਇਆ, ਕਾਹਦਾ ਰੌਲਾ ਪਿਆ? ਵੇ ਕੀ ਦੱਸਾਂ, ਚੋਰੇ ਟੱਲੀ ਰਾਮ ਦੇ ਮਕਾਨ ਕਰਦੀ ਪਈਆਂ, ਲੋਕਾਂ ਨੂੰ ਦੱਸ ਦੱਸ ਕੇ ਮੇਰਾ ਤਾਂ ਸਿਰ ਵੀ ਦੁਖਣ ਲੱਗ ਪਿਆ। ਨਹੀਂ ਭੁੱਖ ਲੰਘਦਾ ਪਿਓ, ਸਾਰੇ ਬਤਾਉ ਇਕੱਠੇ ਕਰਕੇ ਲੈ ਗਿਆ। ਤਾਇਆ ਤੂੰ ਵੀ ਪਿੰਡ ਦੇ ਵਿੱਚ ਥੂ ਥੂ ਕਰਾਈ ਆ, ਕਸ਼ਮੀਰੋਂ ਨੇ ਤੇਰਾ ਸਾਰੇ ਪਾਸੇ ਰੌਲਾ ਪਾਇਆ, ਕਹਿੰਦੀ ਸਾਡੇ ਬਤਾਉ ਚੋਰੀ ਕਰਕੇ ਲੈ ਗਿਆ। ਇਹਦੀ ਕਸ਼ਮੀਰੋਂ ਦੀ ਆਜੀ ਚਾਚੀ। ਨੈਕਸਟ ਵੀ ਉਹ ਸੁਣ ਲਓ ਪਿੰਡ ਵਾਲਿਓ, ਜ਼ਰੂਰੀ ਬੇਨਤੀ ਆ, ਮੈਂ ਤਾਇਆ ਟੱਲੀ ਰਾਮ ਪਿੰਡ ਛਕਰਾਲੇ ਦਾ ਪੱਕਾ ਬਸਨੀਕ ਹਾਂ। ਮੈਂ ਮਿਤੀ 21/9/2024 ਦਿਨ ਐਤਵਾਰ ਤਕਰੀਬਨ 11 ਵਜੇ ਸ਼ਨੀ ਉਰਫ ਗੇਲੂ ਰਾਮ ਦੇ ਘਰ ਤਕਰੀਬਨ 11 ਵਜੇ ਉਹਨੂੰ ਪੁੱਛ ਕੇ ਉਹਦੇ ਕੋਲੋਂ ਬਤਾਉ ਲੈ ਕੇ ਆਇਆ, ਪਰ ਉਹਦੀ ਬੀਬੀ ਕਸ਼ਮੀਰੋ ਨੇ ਮੇਰੀ ਪਿੰਡ ਵਿੱਚ ਬਹੁਤ ਬੇਇੱਜ਼ਤੀ ਕੀਤੀ, ਜੋ ਕਿ ਟੱਲੀ ਰਾਮ ਹੋਰਾਂ ਕੋਲੋਂ ਬਰਦਾਸ਼ਤ ਨਹੀਂ ਹੋਈ, ਤੇ ਹੁਣ ਮੈਂ ਬਤਾਉ ਲੈ ਕੇ ਆਇਆ ਆ ਤੇ ਉਹਨੂੰ ਹੁਣੇ ਬਤਾਉ ਵਾਪਸ ਕਰਨ ਲੱਗਾ ਆ। ਸੁਣ ਲਓ ਪਿੰਡ ਵਾਲਿਓ, ਮੈਂ ਕਸ਼ਮੀਰੋਂ ਨੂੰ ਬਤਾਉ ਵਾਪਸ ਕਰਨ ਲੱਗਾ ਆ, ਮੈਂ ਉਹਦੇ ਘਰੋਂ 1/2 ਕਿਲੋ ਬਤਾਉ ਲੈ ਕੇ ਆਇਆ ਸੀ ਤੇ ਹੁਣ ਮੈਂ ਬਟਾਊਆਂ ਦਾ ਬੋਰਾ ਭਰ ਕੇ ਵਾਪਸ ਕਰਨ ਲੱਗਾ ਆ। ਉਹ ਸੁਣ ਲਓ ਤੁਸੀਂ ਵੀ ਗਲੀ ਆ ਲਿਓ, ਗਵਾਂਢੀਓ, ਕਸ਼ਮੀਰੋਂ ਦੇ ਬਟਾਉ ਵਾਪਸ ਕਰਨ ਲੱਗਾ ਵਿਆਜ ਸਮੇਤ, ਹੁਣ ਮੈਂ ਕਸ਼ਮੀਰੋਂ ਦੇ ਘਰ ਦੇ ਮੋਹਰੇ ਖੜਾ ਆ। ਨੀ ਕਸ਼ਮੀਰੋ, ਮੈਂ ਤੁਹਾਡੇ ਘਰੋਂ 1/2 ਕਿਲੋ ਬਟਾਉ ਲੈ ਕੇ ਗਿਆ ਸੀ, ਆ 10 ਕਿਲੋ ਦਾ ਬੋਰਾ ਤੇਰੇ ਬੂਹੇ ਚ ਰੱਖ ਦਿੱਤਾ ਤੇ ਆ ਤੇਰੇ 1/2 ਕਿਲੋ ਬਟਾਉ, ਜਿਹਦੇ ਕਰਕੇ ਮੇਰੀ ਪਿੰਡ ਚ ਠੂ ਠੂ ਹੋਈ, ਆ ਚੱਕ ਆਪਣੇ ਬਟਾਉ।